ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਰਨ ਜਾ ਰਹੇ ਆ ਆਪਣੇ हेयर ਨੇ ਜਿਹੜੀ ਸਪਾ ਤੇ ਮੈਂ ਸਪਾ ਕਰੀਮ ਜਿਹੜੀ ਯੂਜ਼ ਕੀਤੀ ਆ ਉਹ ਆ ਲੌਰੇਅਲ ਦੀ ਇਹ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਕਰੀਮ ਆ ਜਿਹੜੀ ਮੈਂ ਯੂਜ਼ ਕੀਤੀ ਆ ਤੇ ਇਹਨੂੰ ਆਪਾਂ ਆਪ ਸਭ ਤੋਂ ਪਹਿਲਾਂ ਆਪਣਾ ਜਿਹੜਾ ਸਿਰ ਸੀਗਾ ਉਹ ਸ਼ੈਂਪੂ ਦੇ ਨਾਲ ਮੈਂ ਧੋ ਲਿਆ ਸੀ ਤੇ ਧੋਣ ਤੋਂ ਬਾਅਦ ਆਪਾਂ ਨੇ ਨਿਅਰ ਬੌਰਡ ਇਹਨੂੰ 70% ਜਿਹੜਾ ਇਹਰ ਨੂੰ ਸੁਕਾ ਲਿਆ ਸੀ ਇਸਕਾਉਣ ਤੋਂ ਬਾਅਦ ਆਪਾਂ ਇਹਦੀ ਇਹ ਕਰੀਮ ਅਪਲਾਈ ਕੀਤੀ ਸੀ ਤੇ ਹੁਣ ਮੈਂ ਸਿਰ ਧੋਣ ਚੱਲੀ ਆਂ ਅੱਧੇ ਘੰਟੇ ਬਾਅਦ ਤੇ ਅੱਧੇ ਘੰਟੇ ਤੋਂ ਬਾਅਦ ਜਿਹੜਾ ਮੈਨੇ ਆਪਣਾ ਸਿਰ ਹੈ ਜਿਹੜਾ ਉਹ ਤੋਲਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਮੈਂ ਡਰਾਈ ਕਰ ਰਹੀ ਆਂ ਡਰਾਈ ਕਰਕੇ ਆਪਾਂ ਜਿਹੜੇ ਵਾਲਾ ਨੂੰ ਆ ਉਹਨਾਂ ਨੂੰ ਸੁਕਾ ਲਾਂਗੇ ਤੇ ਹਨਾ ਅੱਗੇ ਜਦੋਂ ਨਾ ਟੀਵੀ ਦੇਖਦੇ ਹੁੰਦੇ ਹਨਾ ਪਹਿਲਾਂ ਬਲੈਕ ਐਂਡ ਵਾਈਟ ਜੇ ਟੀਵੀ ਹੁੰਦੇ ਤਾਂ ਉਹਨਾਂ ਦੇ ਵਿੱਚ ਹਨਾ ਜਦ ਕੋਈ ਕਿਸੇ ਨੂੰ ਯਾਦ ਕਰਦਾ ਜਾਂ ਉਦਾਂ ਹਨਾ ਬਾਲ ਜਿਵੇਂ ਉੜਦੇ ਹੁੰਦੇ ਹਨਾ ਕਿੰਨੇ ਵਧੀਆ ਲੱਗਦੇ ਕਈ ਵਾਰ ਮੈਂ ਫੀਲ ਕਰਦੀ ਹੁੰਨੀ ਆ ਮੁਈਨਾ ਉਡਾ ਉਡਾ ਕੇ ਦੇਖਦੀ ਹੁੰਨੀ ਆ ਜਾਂ ਡਰਾਇਰ ਨਾਲ ਕਿੰਨੇ ਵਧੀਆ ਲੱਗਦੇ ਹਨਾ ਤੇ ਚਲੋ ਉਦੋਂ ਹਨਾ ਛੋਟੇ ਹੁੰਦੇ ਸੀ ਇਹ ਇੰਨੀਆਂ-ਇੰਨੀਆਂ ਸਾਰੀਆਂ ਚੀਜ਼ਾਂ ਦੇ ਬਾਰੇ ਨਹੀਂ ਪਤਾ ਹੁੰਦਾ ਸੀਗਾ ਤੇ ਹੁਣ ਆਪਾਂ ਇਹਦੇ ਵਾਲ ਨੇ ਇਹਨਾਂ ਨੂੰ ਸਕਾਲਿਆ ਨੀਅਰ ਬਹੁਤ ਸੁੱਕ ਚੁੱਕੇ ਨੇ ਵਨ ਸਾਈਡ ਦੇ ਤੇ ਦੂਸਰੀ ਸਾਈਡ ਦੇ ਥੋੜੇ ਜ਼ਿਆਦਾ ਗਿੱਲੇ ਨੇ ਤੇ ਹੁਣ ਆਪਾਂ ਇਹਦੇ ਵਾਲਾਂ ਨੂੰ ਸਟ੍ਰੇਟਨਰ ਨਾਲ ਸਟ੍ਰੇਟ ਕਰ ਲਾਂਗੇ ਤੇ ਮੇਰੇ ਕੈਮਰੇ ਦੇ ਮੂਰੇ ਇਹੜੀ ਤਾਰ ਆ ਰਹੀ ਆ ਚਲੋ ਕੋਈ ਗੱਲ ਨਹੀਂ ਤੇ ਸਟ੍ਰੇਟ ਥੋੜੇ ਥੋੜੇ ਲੈ ਕੇ ਵਾਲ ਤੁਸੀਂ ਆਪਣੇ ਵਾਲਾਂ ਨੂੰ ਸਟ੍ਰੇਟ ਕਰ ਲਓ ਤੇ ਜਿਹੜੇ ਵਾਲ ਨੇ ਸਟ੍ਰੇਟ ਹੋ ਚੁੱਕੇ ਨੇ ਕੀ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲੱਗ ਰਹੇ ਨੇ ਹਨ ਕਿੰਨੀ ਸਾਈਨਿੰਗ ਆ ਰਹੀ ਹੈ ਵਾਲਾਂ ਦੇ ਵਿੱਚੋਂ ਲੱਗੇ ਫੀਲਿੰਗ ਆਨ ਤੇ ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰੇ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵਾਓ ਕਿੰਨੇ ਕ ਲੱਗ ਰਹੇ ਵਾਓ ওকে ਵਾਏ ਥੈਂਕ ਯੂ